ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਹੋਸਟ ਲੱਕੀ ਗਾਲੀ। ਤੁਸੀਂ ਦੇਖ ਰਹੇ ਹੋ ਟੀਮ ਪੰਜਾਬੀ। ਦੱਸਣਾ ਚਾਹੁੰਦੇ ਹਾਂ, ਪਿਛਲੇ ਦਿਨੀ ਸਰੀ ਦੇ ਵਿੱਚ ਕਬੱਡੀ ਦੇ ਇੰਟਰਨੈਸ਼ਨਲ ਪਲੇਅਰਾਂ ਦੇ ਡੋਪਿੰਗ ਟੈਸਟ ਹੋਏ। ਡੋਪਿੰਗ ਟੈਸਟ WKDC ਨੇ ਸਪੈਸ਼ਲ, ਜਿਹੜੀ ਅਮੈਰੀਕਾ ਤੋਂ ਟੀਮ ਆ ਕੇ ਉਹਨਾਂ ਨੇ ਕੀਤੇ ਨੇ, ਔਰ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਨਾਲ ਰਲ ਕੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਦੋ ਟੂਰਨਾਮੈਂਟ 15 ਅਗਸਤ ਅਤੇ 22 ਅਗਸਤ ਲਈ ਉਹ ਸਾਰੇ ਜਿਹੜੇ ਆਲਮੋਸਟ 40 ਪਲੇਅਰਾਂ ਨੇ ਇਹ ਡੋਪ ਟੈਸਟ ਕਰਾਏ। WKDC ਵਧਾਈ ਦੀ ਹੱਕਦਾਰ ਆ, ਉਹਨਾਂ ਨੇ ਪਹਿਲਾ ਜਿਹੜਾ ਸ਼ੁਰੂਆਤ ਜਿਹੜੀ ਆ ਨੈਸ਼ਨਲ ਕਬੱਡੀ ਐਸੋਸੀਏਸ਼ਨ ਵੈਨਕੂਵਰ ਸਰੀ ਤੋਂ ਆ ਕੇ ਕੀਤੀ ਆ। ਕੈਨੇਡਾ ਦੇ ਵਿੱਚ ਸਪੈਸ਼ਲ ਟੀਮ ਆਈ, ਜਿਹਨਾਂ ਦੇ ਵਿੱਚ ਸੁੱਖਾ ਮਾਨ ਸਾਹਿਬ ਪ੍ਰੈਜੀਡੈਂਟ ਨੇ ਟੋਰਾਂਟੋ ਤੋਂ ਆਏ ਸਨ, ਅਤੇ ਸੈਮ ਪੰਨੂ ਸਾਹਿਬ ਸੈਕਟਰੀ ਅਮੈਰੀਕਾ ਤੋਂ ਆਏ ਸਨ, ਅਤੇ ਨਾਲ ਉਹਨਾਂ ਦੇ WKDC ਦੇ ਮੈਂਬਰ ਕੁਲਵਿੰਦਰ ਪੱਤਲ ਸਾਹਿਬ ਯੰਗ ਕਬੱਡੀ ਕਲੱਬ ਟੋਰਾਂਟੋ ਤੋਂ ਆਏ ਸਨ। ਸੋ ਵਧਾਈ ਦੇ ਹੱਕਦਾਰ ਨੇ, ਬਹੁਤ ਵਧੀਆ ਇਹ ਟੈਸਟ ਹੋਏ ਨੇ। ਇਹ ਟੈਸਟਾਂ ਦੀ ਜਿਹੜੀ ਉਸ ਦਿਨ ਟੈਸਟ ਕੀਤੇ ਸੀ ਉਹਦੀ ਸਾਰੀ ਰਿਪੋਰਟ ਜਿਹੜੀ ਆ, ਹਾਈਲਾਈਟ ਜਿਹੜੇ ਆ ਉਹ ਤੁਹਾਡੇ ਤੱਕ ਪੇਸ਼ ਕਰਦੇ ਹਾਂ। ਆਓ ਦੇਖਦੇ ਹਾਂ ਇਹ ਹਾਈਲਾਈਟ, ਅਤੇ ਉਸ ਤੋਂ ਬਾਅਦ ਫਿਰ ਕਰਦੇ ਹਾਂ ਗੱਲਬਾਤ। ਇਹ ਪਲੇਅਰਾਂ ਦੀ ਭਲਾਈ ਵਾਸਤੇ ਆ, ਅਤੇ ਪ੍ਰਮੋਟਰਾਂ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਆਪਾਂ ਪੈਸਾ ਲਾਉਂਦੇ ਹਾਂ ਆਪਣੇ ਸ਼ੌਕ ਵਾਸਤੇ, ਸ਼ੌਕ ਨੂੰ ਸ਼ੌਕ ਤੱਕ ਰੱਖੀਏ, ਪਰਸਨਲ ਨਾਲ ਲੈ ਕੇ ਜਾਈਏ ਕਿ ਵੀ ਸਾਡੀ ਜੇਤੂ ਟੀਮ ਹੀ ਬਣਨੀ ਚਾਹੀਦੀ ਹੈ, ਅਤੇ ਪਲੇਅਰ ਟੀਕੇ ਲਾਵੇ ਜਾਂ ਡਰੱਗ ਕਰੇ ਤਾਂ ਗਰਾਊਂਡ ਦੇ ਵਿੱਚ ਵੜੇ। ਸੋ ਪਲੇਅਰ ਨੂੰ ਇਹ ਕਿਹਾ ਜਾਂਦਾ ਕਿ ਵੀ ਜਿਹੜਾ ਸੀਜ਼ਨ ਖੇਡਣ ਦਾ ਹੁੰਦਾ ਜਾਂ ਜਿਹੜੀ ਲਾਈਫ ਟਾਈਮ ਹੁੰਦੀ ਹੈ ਉਹ 4-5 ਸਾਲ ਹੁੰਦਾ, 4-5 ਸਾਲ ਵਾਸਤੇ ਆਪਣੀ ਸਾਰੀ ਜ਼ਿੰਦਗੀ ਨਾ ਖਰਾਬ ਕਰਨ, ਟੈਸਟ ਕਰਾਉਣ, ਟੈਸਟ 'ਚੋਂ ਪਾਸ ਹੋਣ ਅਤੇ ਆਪਣਾ ਫਿਊਚਰ ਬਣਾਉਣ। ਅਤੇ ਸਾਰਾ ਸਾਡਾ ਜੋ ਟੀਚਾ ਰੱਖਿਆ ਸੀ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ, ਅਤੇ ਪਲੇਅਰਾਂ ਨੂੰ ਵੀ ਇਸ ਦੀ ਵਧਾਈ ਆ, ਬਹੁਤ ਵਧਾਈ ਦੇ ਹੱਕਦਾਰ ਆ, ਅਤੇ ਬੜੀ ਬਹੁਤ ਖੁਸ਼ੀ ਹੋਈ। ਪਰ ਥੋੜ੍ਹਾ ਜਿਹਾ ਉਹਨਾਂ ਨੂੰ ਪਹਿਲਾਂ ਲੱਗਾ, ਪਰ ਉਹਨਾਂ ਨੂੰ ਇਹੀ ਆ ਵੀ ਇੱਕ ਥਾਂ ਪਲੇਟਫਾਰਮ 'ਤੇ ਇਕੱਠੇ ਕਰਕੇ ਉਹਨਾਂ ਨੂੰ ਸਮਝਾਉਣ ਦੀ ਲੋੜ ਪਈ, ਸਮਝਾਇਆ, ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ। ਬਾਕੀ ਭਾਅ ਜੀ ਹੁਣ ਇਹਨਾਂ ਨੇ ਆ ਕੇ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ, ਸੁੱਖੇ ਭਾਅ ਜੀ ਨੂੰ, ਅਤੇ ਸੈਮ ਭਾਅ ਜੀ ਨੂੰ ਨਾਲ, ਦੂਜੇ ਪਪੱਤੜ ਸਾਹਿਬ ਅਤੇ ਇੱਕ ਭਾਅ ਜੀ ਅਮਰ ਹਨ, ਉਹ ਆਏ ਚਾਰੇ ਜਾਣੇ, ਇੱਡੀ ਦੂਰੋਂ ਆਏ ਆ। ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੈਗੇ। ਆ ਸੀਲਡ ਕਿੱਟ ਹੈਗੀ ਹੈ ਜਿਹੜੀ ਤੁਸੀਂ ਦੇਖ ਰਹੇ ਹੈ ਇੱਥੇ, ਅਤੇ ਸੀਲਡ ਕਿੱਟ ਦੇ ਵਿੱਚ 2 ਸਪਲਿਟ ਮੈਂ ਤੁਹਾਨੂੰ ਦਿਖਾਉਂਦਾ ਹੈਗਾ, ਦੋ ਜਿਹੜੇ ਸੈਂਪਲ ਦੀਆਂ ਆਪਣੇ ਟਿਊਬਾਂ ਆ, ਜਿਹਨਾਂ ਦੇ ਮੈਂ ਤੁਹਾਨੂੰ ਦੱਸਦਾ ਹਾਂ ਕਿਉਂ ਨੇ ਉਹ ਦੋ ਵਿੱਚ ਆਪਣੇ। ਆ ਸੀਲਡ ਬੈਗ ਹੈ ਜਿਹਦੇ ਵਿੱਚ ਪਾ ਕੇ ਸਾਰੇ ਆਪਣੇ ਸੈਂਪਲ ਨੇ ਲੈਬ ਕੋਲ ਜਾਣਗੇ। ਕੀ ਪਲੇਅਰਾਂ ਦੇ ਵੀ ਮੈਂ ਸਮਝਦਾ ਵੀ ਸਾਰੇ ਜਿੰਨੇ ਕਿਤੇ ਨਾ ਕਿਤੇ ਬਹੁਤ ਸਵਾਲ ਆ ਜਿਹਨਾਂ ਦੇ ਆਪਾਂ ਜਵਾਬ ਦੇਣੇ ਚਾਹੁੰਦੇ ਹਾਂ, ਕਿਉਂਕਿ ਇਕੱਲੇ ਦਾ ਕਿਤੇ ਨਾ ਕਿਤੇ ਕਾਲ ਆਉਂਦੀ ਰਹਿੰਦੀ ਆ, ਭਾਅ ਜੀ ਇੱਦਾਂ ਕਿੱਦਾਂ ਹੋਊ, ਟੈਸਟ ਕਿੱਥੇ ਹੋਣਗੇ, ਕਿੰਨੀ ਕੁ ਉਹਦੇ 'ਚ ਐਕੋਰੈਸੀ ਹੋਊ, ਹਰ ਇੱਕ ਚੀਜ਼ ਦਾ। ਸੋ ਆਪਾਂ ਚਾਹੁੰਦੇ ਹਾਂ ਵੀ ਇਹ ਹੁਣ ਇੱਕ ਵਧੀਆ ਕੰਮ ਹੋਣ ਜਾ ਰਿਹਾ, ਇੱਥੇ ਆਪਾਂ ਰਲ ਕੇ ਸਾਰਿਆਂ ਦੇ ਕਿਸੇ ਨੂੰ ਕੋਈ ਕੁਐਸਚਨ ਨਾ ਰਹੇ ਕਿਸੇ ਗੱਲ ਦਾ। ਹੁਣ ਆਪਾਂ ਨੂੰ ਪਲੇਅਰ ਵੀ ਪੁੱਛ ਸਕਦੇ ਆ ਵੀ ਇਹਦੇ 'ਚ ਬਈ ਸਾਨੂੰ ਰਿਜ਼ਲਟ ਕਿੰਨੇ ਟਾਈਮ ਬਾਅਦ ਮਿਲੂ, ਸਾਡਾ ਰਿਜ਼ਲਟ ਸਾਨੂੰ ਮਿਲ ਸਕਦਾ ਹੈ, ਕਿਸੇ ਦਾ ਕੁਐਸਚਨ ਹੈ ਜਿਵੇਂ ਪੋਜ਼ਿਟਿਵ ਹੋ ਗਿਆ ਤਾਂ ਬਾਅਦ 'ਚ ਕੀ ਹੋਊਗਾ, ਜਾਂ ਦੂਸਰੇ ਪਾਸੇ ਕਈ ਫੈਡਰੇਸ਼ਨਾਂ ਨਹੀਂ ਕਰਾ ਰਹੀਆਂ। ਆਪਾਂ ਸਭ ਨੂੰ ਹਰ ਇੱਕ ਜਿੰਨਾ ਵੀ ਜਿਹੜਾ ਵੀ ਕੋਈ ਆਪਾਂ ਨੂੰ ਕੁਐਸਚਨ ਕਰਦਾ ਉਹਦਾ ਆਪਾਂ ਜਵਾਬ ਦਿੰਦੇ ਹਾਂ ਪੂਰਾ ਪ੍ਰੋਪਰਲੀ, ਵੀ ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਹੈ। ਇਹ ਕੋਈ ਇਕੱਲੇ ਮੇਰਾ ਜਾਂ ਤੁਹਾਡਾ ਜਾਂ ਇਕੱਲੇ ਪਲੇਅਰਾਂ ਦਾ ਕੰਮ ਤਾਂ ਹੈ ਨਹੀਂ, ਆਪਾਂ ਸਾਰਿਆਂ ਦਾ ਰਲ ਕੇ ਕਰਨ ਵਾਲਾ ਬਹੁਤ ਵੱਡਾ ਕਾਰਜ ਹੈ। ਤੁਸੀਂ ਆਪ ਕਹਿੰਦੇ ਰਹਿੰਦੇ ਹਾਂ ਕਿ ਜੇ ਟੈਸਟ ਲੈਣੇ ਆ ਜਾਂ ਤਾਂ ਸਾਫ਼ ਹੋਣ ਸਾਰੇ, ਨਹੀਂ ਤਾਂ ਫਿਰ ਆਹ ਨਾ ਹੋਵੇ ਕੰਮ ਵੀ ਇੱਕ ਫੈਡਰੇਸ਼ਨ ਕਰਾ ਲੈਂਦੀ ਆ ਦੂਜੀ ਕਰਾਉਂਦੀ ਨਹੀਂ, ਕਿਉਂਕਿ ਤੁਸੀਂ ਟੈਸਟ ਤੁਸੀਂ ਆਪ ਸਾਫ਼ ਹੋ, ਮੁੜ ਕੇ ਇੱਕ ਬੰਦਾ ਪੂਰਾ ਲੋਡਡ ਆ, ਉਹਦੇ ਨਾਲ ਭਿੜਨਾ, ਉਹਦੇ ਨਾਲ ਖੇਡਣਾ ਟਫ ਹੋ ਜਾਂਦਾ, ਇੱਦਾਂ ਲੱਗਦਾ ਰਹਿੰਦਾ ਤੁਹਾਨੂੰ, ਤੁਹਾਡੇ ਆਪ ਦੇ ਵੀ ਦਿਲ 'ਚ ਸੀਗਾ ਵੀ ਟੈਸਟ ਹੋਣੇ ਚਾਹੀਦੇ ਆ, ਪਰ ਹੁਣ ਸਾਰਿਆਂ ਦੇ ਹੋ ਰਹੇ ਨੇ, ਖੁਸ਼ ਹੋ। ਹਾਂਜੀ ਇਹ ਚੀਜ਼ ਮੈਂ ਸ਼ੁਰੂ ਤੋਂ ਕਹਿੰਦਾ ਰਹਿੰਦਾ ਵਾਂ ਕਿ ਹਾਂ ਕਿ ਹਮੇਸ਼ਾ ਸਾਰਿਆਂ ਦੇ ਟੈਸਟ ਹੋਣ, ਨਹੀਂ ਤਾਂ ਜੇ ਇੱਕ ਦੇ ਹੋਣ ਕਿ ਉਹ ਚੀਜ਼ ਕਿ ਮੈਟਰ ਨਹੀਂ ਕਰਦੀ, ਉਹ ਬਰਾਬਰ ਇਕੁਅਲ ਨਹੀਂ ਹੋ ਜਾਂਦੀ ਕਿ ਇੱਕ ਬੰਦਾ ਸਾਫ ਅਤੇ ਇੱਕ ਬੰਦਾ ਉਹ ਉਸ ਨਾਲ ਖੇਡਦਾ, ਹੈ ਨਾ। ਅੱਜ ਇੱਥੇ ਟੈਸਟ ਹੋ ਰਹੇ ਨੇ, ਕਿਵੇਂ ਲੱਗ ਰਿਹਾ, ਟੈਸਟ ਦੇਣ ਲਈ ਤਿਆਰ ਹੋ? ਹਾਂਜੀ ਤਿਆਰ ਹਾਂ, ਜਿੱਦਾਂ ਕਿ ਆਪਾਂ ਧੰਨਵਾਦ ਕਰਦੇ ਹਾਂ ਸਾਰੀ ਫੈਡਰੇਸ਼ਨ ਦਾ, ਜਿੱਦਾਂ ਬੈਠੀ ਸਾਰੀ, ਅਤੇ ਮਾਣ ਹੋਣਾ ਭਾਅ ਜਿੱਦਾਂ ਅਮੈਰੀਕਾ ਕਨੇਡਾ ਤੋਂ ਜਿਹੜੇ ਹੈ ਨਾ, ਟੋਰਾਂਟੋ ਤੋਂ ਅਤੇ ਅਮੈਰੀਕਾ ਤੋਂ, ਬਹੁਤ ਬਹੁਤ ਧੰਨਵਾਦ ਜਿਹੜਾ ਇੰਨਾ ਵਧੀਆ ਉਪਰਾਲਾ ਕਰ ਰਹੇ ਆ। ਬਾਲਾ ਦੂਰ ਨਹੀਂ ਆ ਕਿ ਪੂਰੀ ਕਬੱਡੀ ਕਲੀਨ ਹੋ ਜੂਗੀ, 90% ਜਿਹੜੇ ਪ੍ਰਮੋਟਰ ਆ ਅਤੇ ਸਾਰੀਆਂ ਫੈਡਰੇਸ਼ਨਾਂ ਉਹ WKDC ਨਾਲ ਜੁੜ ਗਈਆਂ, ਜਿਹੜੀ 1-2 ਫੈਡਰੇਸ਼ਨਾਂ ਰਹਿ ਗਈਆਂ, ਵੀਰਾਂ ਨੂੰ ਬੇਨਤੀ ਆ ਕਿ ਸਾਡੇ ਨਾਲ ਹੋਮ ਹੋਮ ਆ ਕੇ ਚੱਲਣ, ਅਤੇ ਡਰੱਗ ਦੇ ਪ੍ਰੋਗਰਾਮ ਨੂੰ ਆਪਾਂ ਅੱਗੇ ਲੈ ਕੇ ਜਾਈਏ। ਪਰਸੋਂ ਦੇ ਆਪਣੀ ਪੂਰੀ ਟੀਮ ਦੇ ਨਾਲ ਟੋਰਾਂਟੋ ਤੋਂ ਵੀ ਨੁਮਾਇੰਦੇ ਆਏ ਹੋਏ ਨੇ, ਤੁਸੀਂ ਦੇਖ ਸਕਦੇ ਹੋ ਸਾਰੇ ਮੇਰੇ ਨਾਲ ਖੜ੍ਹੇ ਨੇ। ਸਭ ਤੋਂ ਪਹਿਲਾਂ ਪੰਨੂ ਸਾਹਿਬ ਨਾਲ ਗੱਲਬਾਤ ਕਰਾਂਗਾ ਅੱਜ ਦੇ ਟੂਰਨਾਮੈਂਟ ਲਈ, ਫਿਰ ਵਿਸਤਾਰ ਦੇ ਨਾਲ ਸਾਰੇ ਪ੍ਰਮੋਟਰਾਂ ਦੇ ਨਾਲ ਤੁਹਾਡੇ ਤੱਕ ਗੱਲਬਾਤ ਪਹੁੰਚਾਵਾਂਗਾ। ਪੰਨੂ ਸਾਹਿਬ, ਸੈਮ ਪੰਨੂ ਸਾਹਿਬ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ 'ਤੇ, ਅਤੇ ਬਹੁਤ ਬਹੁਤ ਤੁਹਾਡਾ ਰਿਣੀ ਹਾਂ ਮੈਂ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਇਸ ਟੂਰਨਾਮੈਂਟ 'ਤੇ ਪਹੁੰਚੇ ਹੋ ਸਪੈਸ਼ਲ। ਲੱਕੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ, ਟੀਮ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ।
सारे स्रोते जिहड़े देख रहे हैं उन्हां दा बहुत धन्नवाद सपोर्ट करने वास्ते। एन के ए सी दा ये टूरनामेंट जिहड़ा कि दो साल बाद पूरे वर्ल्ड दे विच पहला वड्डा टूरनामेंट हो रहा, ड्रग फ्री टूरनामेंट हो रहा, पूरी एन के ए सी दी टीम जिहड़ी आ एक धड़ दे विच खड़ी है कि असी ड्रग फ्री टूरनामेंट ही करवाउणा। सानू उन्होंने सद्दा दिता, पार्टनरशिप साडे नाल कीती वर्ल्ड कबड्डी ड्रग कमेटी दे नाल, जिहदे प्रधान हैगे सुखा मान जी टोरंटो तों। मैं उन्होंने नाल मैंबर सैंप नूं असी वर्क करते हैं, 22 होर मैंबर हैगे, पत्तर साहब मैंबर हैगे, उस तो बाद सुखा रंधावा जी जिहड़े कि टोरंटो तों अपना कीमती टाइम कढ के आए हैं। सो असी पूरी टीम इत्थे पहुंचे हाँ। साडा मेन गोल सीगा कि ड्रग टैसट होण, ड्रग टैसट तों बिना कोई प्लेयर ना खेले, ते अज जिन्ने प्लेयर खेल रहे ने वो सारे ड्रग टैसट करा के खेल रहे ने, कोई भी प्लेयर बगैर ड्रग टैसट नहीं खेल रहा। किवें लगा स्टूडेंट टैसट? नैशनल कबड्डी एसोसीएशन ने साथ दिता, प्लेयर ने भी काफ़ी साथ दिता तुहाडा? बिल्कुल जी, असी नैशनल कबड्डी एसोसीएशन का भी बहुत बहुत धन्यवाद करते हैं कि जिन्होंने ये पैठत पाई आ, तो हुण मैं आस करदा कि असी सारे भरा रल के इस चीज़ में इदा ही कंटिन्यू रखांगे और आप कबड्डी चंगी एक सीध दे सकीए। आप कबड्डी तां करवाने कि वधिया इंसान होवे, वधिया अपने परिवार की केयर करे, जेकर प्लेयर होगा वो एक वधिया इंसान भी होगा, जेकर वो ड्रग लूगा 4 साल खेडूगा उदों बाद परिवार खेरू खेरू हो जाता, तुम देखा ही आनू ये कोड़ है यदा साहा बढ़ीए तो अपने तो जोड़ा ये कितना कितने आके अपन साडा सिर नीवा हो जाता जो लोग ये गल कहते हैं कि बाहरों आई है ये एन आर आई ने किया। सो आप सारे रल के क्यों नहीं इनू क्लीन कर सकते, कि वही गल है। आप शुरुआत करती अगे सब नूं आप बेनती करते हैं जिथे जिथे भी तुम कबड्डी के खिते काम करते हो वो साढ़े नाल रलो, जिथे भी कि जो भी असी कुछ कर सकते हैं असी करनू तैयार हैं।